पंजाबी गायक जैज़ीबी दा ट्विटर अकाउंट जो है ऑफिशियल तौर पे सस्पेंड कर दिता गया। जी हाँ, जैज़ीबी दा ट्विटर अकाउंट जो है परमानेंटली बंद कर दिता गया है। हालांकि ट्विटर दे वल्लों गाइडलाइंस दी जो हिदायतां दी पालना ना करन दा हवाला दिता गया है। पर इस नाल ही जैज़ीबी होरां दा कहना है कि उन्हां दे वल्लों अक्सर ही किसानी समर्थन दे विच पोस्टां पाईयां जांदियां ने। इस तों अलावा बीते दिनी उन्हां ने जो है 84 ਘੱਲੂਘਾਰਾ ਦੇ ਸੰਬੰਧਿਤ ਵੀ ਇੱਕ ਜੋ ਹੈ ਟਵੀਟ ਸ਼ੇਅਰ ਕੀਤਾ ਸੀ, ਜਿਸ ਦੇ ਚਲਦਿਆਂ ਹੀ ਸਰਕਾਰ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਇਸ ਦੇ ਚਲਦਿਆਂ ਹੀ ਉਹਨਾਂ ਦਾ ਟਵਿੱਟਰ ਅਕਾਊਂਟ ਜੋ ਹੈ ਅਫੀਸ਼ੀਅਲ ਟਵਿੱਟਰ ਅਕਾਊਂਟ ਜੈਜ਼ੀਬੀ ਦਾ ਪਰਮਾਨੈਂਟਲੀ ਬੰਦ ਕਰ ਦਿੱਤਾ ਗਿਆ। ਵੱਡੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਵੱਡੇ ਚਿਹਰੇ ਨੇ ਜੋ ਪੰਜਾਬ ਦੇ ਕਹਿ ਲਈਏ ਜਾਂ ਸਮਾਜ ਦੇ ਕਹਿ ਲਈਏ ਬਹੁਤ ਉੱਗੇ ਗਾਇਕ ਨੇ ਜੈਜ਼ੀਬੀ, ਤਾਂ ਸਰਕਾਰ ਦੇ ਵੱਲੋਂ ਜੋ ਟਵਿੱਟਰ ਦੇ ਵੱਲੋਂ ਇੱਕ ਹਵਾਲਾ ਦਿੱਤਾ ਗਿਆ ਉਹਨਾਂ ਨੂੰ ਕਿ ਉਹਨਾਂ ਦੇ ਵੱਲੋਂ ਜੋ ਸੁਰੱਖਿਆ ਦੀਆਂ ਗਾਈਡਲਾਈਨਸ ਨੇ, ਜੋ ਨੋਰਮਸ ਦੱਸੇ ਜਾਂਦੇ ਨੇ, ਉਹਨਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ ਤੇ ਇਸੇ ਦੇ ਚਲਦਿਆਂ ਉਹਨਾਂ ਦਾ ਟਵਿੱਟਰ ਅਕਾਊਂਟ ਹੈ ਉਸ ਨੂੰ ਬੰਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਕਰਕੇ ਵੀ ਬਹੁਤ ਸਾਰੇ ਲੋਕਾਂ ਦੇ, ਪੰਜਾਬ ਦੇ ਬਹੁਤ ਸਾਰੇ ਚਿਹਰਿਆਂ ਦੇ ਟਵਿੱਟਰ ਅਕਾਊਂਟਸ ਬੰਦ ਕਰ ਦਿੱਤੇ ਗਏ ਸਨ, ਕਿਉਂਕਿ ਪੰਜਾਬ ਦੇ ਵਿੱਚ ਜਾਂ ਕਿਸਾਨ ਮੋਰਚੇ ਦੇ ਵਿੱਚ ਲਹਿਰ ਚੱਲੀ ਹੈ ਕਿ ਕਿਸਾਨ ਟਵਿੱਟਰ ਤੇ ਆ ਕੇ ਆਪਣੀ ਆਵਾਜ਼ ਬੁਲੰਦ ਕਰਨਗੇ, ਤਾਂ ਜਿਸ ਤੋਂ ਬਾਅਦ ਚਿਹਰੇ ਨੇ ਜੋ ਵੱਡੇ ਆਗੂ ਨੇ ਕਿਸਾਨੀ ਸਮਰਥਨ ਦੇ ਵਿੱਚ ਜੋ ਉਤਰਦੇ ਨੇ, ਆਮ ਲੋਕ ਇਹਨਾਂ ਸਾਰੇ ਲੋਕਾਂ ਦੇ ਟਵਿੱਟਰ ਅਕਾਊਂਟਸ ਬੰਦ ਕਰ ਦਿੱਤੇ ਜਾਂਦੇ ਨੇ, ਤਾਂ ਇਸੇ ਤੋਂ ਬਾਅਦ ਹੁਣ ਜੈਜ਼ੀਬੀ ਦਾ ਵੀ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ। ਹਾਲਾਂਕਿ ਜੈਜ਼ੀਬੀ ਹੋਰਾਂ ਦਾ ਕਹਿਣਾ ਹੈ ਕਿ ਬੀਤੇ ਦਿਨੀ ਉਹਨਾਂ ਨੇ ਜੂਨ 84 ਘੱਲੂਘਾਰੇ ਦੀ ਪੋਸਟ ਸ਼ੇਅਰ ਕੀਤੀ ਸੀ ਤੇ ਜਿਸ ਦੇ ਚਲਦਿਆਂ ਉਹਨਾਂ ਦਾ ਟਵਿੱਟਰ ਅਕਾਊਂਟ ਜੋ ਹੈ ਅਫੀਸ਼ਲੀ ਟਵਿੱਟਰ ਅਕਾਊਂਟ ਹੈ ਜੋ ਉਹਨਾਂ ਦਾ ਉਹ ਪਰਮਾਨੈਂਟਲੀ ਬੰਦ ਕਰ ਦਿੱਤਾ ਗਿਆ।